ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਮੂੰਹ ਆਈ ਬਾਤ ਨਾ ਰਹਿੰਦੀ ਏ ਗੱਲ ਇੱਕ ਨੁਕਤੇ ਵਿੱਚ ਮੁੱਕਦੀ ਏ ਅਤੇ ਮੁੱਲਾ ਮੈਨੂੰ ਮਾਰਨਾ ਹੀ ਇਸ ਜਿਹੀਆਂ ਦਰਜਨਾਂ ਹੋਰ ਜਿਹੜੀਆਂ ਕਾਫੀਆਂ ਨੇ ਉਹ ਅਸੀਂ ਕਦੋਂ ਸੁਣੀਆਂ ਕਦੋਂ ਸਾਡੀ ਸੋਚਾਂ 'ਚ ਉਹ ਰੱਛੀਆਂ ਵਸੀਆਂ ਇਹ ਤਾਂ ਪਤਾ ਨਹੀਂ ਪਰ ਮੈਂ ਇੰਨਾ ਜ਼ਰੂਰ ਜਾਣਨਾ ਕਿ ਇਹ ਸਾਰੀਆਂ ਜਿਹੜੀਆਂ ਕਾਫੀਆਂ ਨੇ ਜਿਹੜੀਆਂ ਕਿ ਸਾਡੇ ਇਸ ਮਾਸ਼ਰੇ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਅਦਬ ਦਾ ਦਰਜਾ ਰੱਖਦੀਆਂ ਨੇ ਇਹ ਸਾਰੀਆਂ ਹਜ਼ਰਤ ਬਾਬਾ ਬੁੱਲੇ ਸ਼ਾਹ ਸਰਕਾਰ ਦੀਆਂ। ਸਾਨੂੰ ਪਤਾ ਚੱਲਿਆ ਸੀ ਕਿ ਬੁੱਲੇ ਸ਼ਾਹ ਸਰਕਾਰ ਦਾ ਜਿਹੜਾ ਮੇਲਾ ਹੈ ਉਹ 24 ਤੇ 26 ਅਗਸਤ ਕਸੂਰ 'ਚ ਹੋ ਰਿਹਾ ਅਤੇ ਅਸੀਂ ਇਹ ਸੁਣ ਕੇ ਫੌਰਨ ਇੱਕ ਪਲੈਨ ਬਣਾ ਲਿਆ ਕਿ ਜ਼ਰੂਰ ਇਹ ਮੇਲਾ ਜਾਣਾ ਹੈ ਵੇਖਣਾ ਹੈ ਅਤੇ ਇਨਸ਼ਾਅੱਲਾ ਜਿਹੜੀ ਵੀਡੀਓਜ਼ ਨੇ ਜਾਂ ਉਹ ਮੇਲੇ ਦੀ ਇੱਕ ਫੀਲ ਹੈ ਉਹ ਜ਼ਰੂਰ ਤੁਹਾਨੂੰ ਵੀ ਵਿਖਾਵਾਂਗੇ। ਸੋ ਅਸੀਂ ਇਹੀ ਮਨ 'ਚ ਲੈ ਕੇ 24 ਅਗਸਤ ਨੂੰ ਇੱਥੋਂ ਲਾਹੌਰੋਂ ਕਸੂਰ ਲਈ ਨਿਕਲ ਗਏ। ਅਸਲਾਮ ਅਲੈਕੁਮ ਦੋਸਤੋ, ਅਸੀਂ ਇਸ ਵਕਤ ਲਾਹੌਰੋਂ ਨਿਕਲ ਚੁੱਕੇ ਹਾਂ ਕਸੂਰ ਲਈ। ਕਸੂਰ ਅੱਜ ਬਾਬਾ ਬੁੱਲੇ ਸ਼ਾਹ ਦਾ ਮੇਲਾ ਹੈ ਅਤੇ ਤਕਰੀਬਨ ਬਹੁਤ ਸਾਰੇ ਲੋਕਾਂ ਨੂੰ ਪਤਾ ਲਾਹੌਰ ਵਾਲਿਆਂ ਨੂੰ ਅਤੇ ਬਾਬਾ ਬੁੱਲੇ ਸ਼ਾਹ ਦੇ ਮੇਲੇ 'ਤੇ ਨਾ ਸਿਰਫ ਇਹ ਕਿ ਇੱਥੋਂ ਪਾਕਿਸਤਾਨ 'ਚ ਲੋਕ ਮੁਖਤਲਿਫ ਇਲਾਕਿਆਂ 'ਚ ਲਾਹੌਰ 'ਚ ਜਾਂਦੇ ਨੇ ਜਾਂ ਪੰਜਾਬ 'ਚ ਜਾਂਦੇ ਨੇ ਬਲਕਿ ਬਾਹਰਲੇ ਮਤਲਬ ਕਿ ਕੈਨੇਡਾ ਇੰਡੀਆ ਵਗੈਰਾ 'ਚ ਵੀ ਲੋਕ ਆਉਂਦੇ ਨੇ ਇਸ ਮੇਲੇ 'ਤੇ। ਇਸ ਮੇਲੇ ਦੀ ਬੜੀ ਸ਼ੋਹਰਤ ਹੈ ਅਤੇ ਬਾਬਾ ਬੁੱਲੇ ਸ਼ਾਹ ਦਾ ਨਾਂ ਹੀ ਜਿਹੜਾ ਹੈ ਉਹ ਇਸ ਲਈ ਕਾਫੀ ਹੈ। ਸੋ ਜੀ, ਦਿਨ ਦੀ ਸਖਤੀ ਜਿਹੜੀ ਹੈ ਉਹ ਆਪਣੇ ਜ਼ੋਰਾਂ 'ਤੇ ਸੀ ਅਤੇ 24 ਅਗਸਤ ਨੂੰ ਅਸੀਂ 11 ਵਜੇ ਪੱਕਾ ਪਲੈਨ 12 ਵਾਲਾ ਅਸੀਂ ਬਣਾ ਲਿਆ। 4 ਲੋਕ ਸਨ, ਮੈਂ ਸਾਂ, ਮੀਆਂ ਸਾਹਿਬ ਸਨ ਅਤੇ ਅਮਰਜ਼ਾ ਬੱਟੂ ਸਾਹਿਬ ਦੇ ਨਾਲ ਸਾਡੇ ਫੈਸਲ ਸੀ ਅਤੇ ਅਸੀਂ ਜਿਹੜਾ ਹੈ ਇੱਥੋਂ ਦਫ਼ਤਰੋਂ ਨਿਕਲ ਪਏ ਅਤੇ ਨਿਕਲਦੇ ਹਾਂ ਸਾਰੇ ਮਾਸ਼ਾਅੱਲਾ ਜਿਹੜੀ ਦਿਨ ਦੀ ਗਰਮੀ ਹੈ ਉਹ ਤਾਂ ਆਪਣੀ ਜਗ੍ਹਾ 'ਤੇ ਸੀ ਪਰ ਲਾਹੌਰ ਦੀ ਟ੍ਰੈਫਿਕ ਵੀ, ਉਹ ਕਹਿੰਦੇ ਨੇ ਨਾ ਕਿ ਲਾਹੌਰ ਦੀ ਖੂਬਸੂਰਤੀ ਅਤੇ ਨਾਲ ਹੀ ਇਹਦੀ ਜਿਹੜੀ ਟ੍ਰੈਫਿਕ ਹੈ ਇਹ ਹਰ ਆਉਣ ਵਾਲੇ ਨੇ ਜਿਹੜਾ ਹੈ ਉਹ ਆਪਣੇ ਅੰਦਰ ਇਹ ਫਸਾ ਲੈਂਦੀ, ਜਕੜ ਲੈਂਦੀ ਅਤੇ ਉਹੀ ਸੂਰਤ ਹਾਲ ਫਿਰ ਸਾਡੇ ਨਾਲ ਬਣੀ ਅਤੇ ਫਿਰ ਅਸੀਂ ਆਉਂਦੇ ਹਾਂ ਸਾਰੇ ਪਹਿਲੇ ਹੀ ਸਿਗਨਲ 'ਤੇ ਫਸ ਗਏ। ਅਸੀਂ ਜਿਹੜਾ ਹੈ ਲਾਹੌਰੋਂ ਨਿਕਲ ਚੁੱਕੇ ਬਲਕਿ ਲਾਹੌਰ ਸ਼ਹਿਰ ਦੇ ਵਿੱਚ ਮੌਜੂਦ ਹੈ ਅਤੇ ਗੱਡੀ ਸਾਡੀ ਸਟੱਕ ਹੋਈ ਹੋਈ ਹੈ ਕਿਸੇ ਟ੍ਰੈਫਿਕ ਦੇ ਵਿੱਚ ਅਤੇ ਇਸ ਰਜ਼ਾ ਸਾਹਿਬ ਜਿਹੜਾ ਨਾ ਬੜੀ ਕੋਸ਼ਿਸ਼ ਕਰ ਰਹੇ ਨੇ ਆ ਰਜ਼ਾ ਸਾਹਿਬ ਨੂੰ ਵਿਖਾਉਂਦਾ ਮੈਂ ਤੁਹਾਨੂੰ ਆਹ ਵੇਖੋ ਭਾਈ। ਰਜ਼ਾ ਸਾਹਿਬ ਕੀ ਸੂਰਤ ਹਾਲ ਹੈ ਹੁਣ ਤੁਹਾਡੀ? ਸੂਰਤ ਹਾਲ ਬਹੁਤ ਬੁਰੀ ਹੈ ਇਸ ਟਾਈਮ। ਲਾਹੌਰ ਦਾ ਜਿਹੜਾ ਟ੍ਰੈਫਿਕ ਦਾ ਇੱਕ ਬਹੁਤ ਵੱਡਾ ਮਸਲਾ ਹੈ ਉਹ ਕੋਈ ਸਾਲਵ ਨਹੀਂ ਹੋ ਰਹੀ ਹੈ। ਸੋ ਜਿਵੇਂ ਫਸ ਕੇ ਚੱਲਦੇ ਹਾਂ ਹਮੇਸ਼ਾ ਜਾਈਦਾ, ਉਹ ਮੈਂ ਫਸ ਕੇ ਗੁਰਦੁਆਰਾ ਜਾ ਰਿਹਾ। ਚਲੋ ਜੀ, ਅੱਛਾ ਅਤੇ ਇਹਦੇ ਨਾਲ ਨਾਲ ਸਾਡੇ ਨਾਲ ਮੌਜੂਦ ਨੇ ਹਜ਼ੂਰੇ ਵਾਲਾ ਮੀਆਂ ਆਸਫ ਸਾਹਿਬ। ਮੀਆਂ ਆਸਫ ਸਾਹਿਬ ਕੀ ਕਹਿਣਾ ਚਾਹੋਗੇ? ਕਹਿਣਾ ਕੀ ਹੈ, ਕੈਂਚੀ 'ਤੇ ਫਸੇ ਪਏ ਹਾਂ। ਕੈਂਚੀ 'ਤੇ ਚੰਗੇ ਪਲੇਨ ਨੇ, ਫਲਾਈਓਵਰ ਵੀ ਬਣਾਏ ਸੀਗੇ ਕਿ ਕਿਸੇ ਤਰ੍ਹਾਂ ਇੱਥੋਂ ਟ੍ਰੈਫਿਕ ਦਾ ਮਸਲਾ ਹੱਲ ਹੋਵੇ। ਸਮਝ ਨਹੀਂ ਆ ਰਹੀ ਚੱਕਰ ਕੀ ਆ, ਸਿਗਨਲ ਫਰੀ ਰੋਡ ਆ, ਫਿਰੋਜ਼ਪੁਰ ਰੋਡ, ਪਤਾ ਨਹੀਂ ਅੱਗੇ ਜਨਰਲ ਹਸਪਤਾਲ ਵਾਲੇ ਵੀ ਇਹਨਾਂ ਨੇ ਬਣਾਏ ਹੋਏ ਆ ਪੁਲ। ਸਮਝੋ ਬਾਹਰ ਆ ਕੰਮ ਕਿ ਨਾ ਇੱਥੋਂ ਕ੍ਰਾਸਿੰਗ ਆ ਇਹਦੇ ਉੱਤੋਂ, ਕਿਉਂ ਟ੍ਰੈਫਿਕ ਇੱਥੇ ਰੁਕੀ ਪਈ ਹੈ।
ਅੱਗੇ ਕੋਈ ਬਾਰਡਰ ਤੇ ਨਹੀਂ ਲੋ ਜੀ ਜਨਾਬ ਅਸੀਂ ਇਸ ਵਕਤ ਕਸੂਰ ਪਹੁੰਚੇ ਹਾਂ ਤੇ ਰਾਤ ਦਾ ਤਾਂ ਹੈ ਪਹਿਲੇ ਸੁਣ ਲਓ ਪੱਤਨ ਉਹ ਮੁੰਡੇ ਮੁੰਡੇ ਉਹ ਲੱਤਾਂ ਹੀ ਚੁੱਕ ਕੇ ਦਿਖਾਉਂਦੇ ਲੈ ਕੇ ਸ਼ਾਇਦ ਬਾਰਡਰ ਤੇ ਨਾ ਜਾਈਏ ਬੁੱਲੇ ਸ਼ਾਹ ਦੇ ਬਾਕੀ ਮੇਲੇ ਦੀ ਰਿਕਾਰਡਿੰਗ ਹੈ ਤੇ ਤੁਸੀਂ ਇਹ ਦੱਸੋ ਵੀ ਇੱਥੇ ਇਸ ਸਾਈਡ ਤੇ ਪਾਰਕਿੰਗ ਕੋਈ ਨਹੀਂ ਹੈ ਇਸ ਸਾਈਡ ਤੇ ਕੋਈ ਪਾਰਕਿੰਗ ਨਹੀਂ ਹੈ ਮੈਂ ਉਹ ਹੀ ਤੇ ਕਰਨ ਲੱਗਾ ਨਾ ਮੈਂ ਕਿਹਾ ਤੁਸੀਂ ਘਰ ਹੋ ਫਿਰ ਅਸੀਂ ਉੱਥੇ ਗੱਡੀ ਉੱਥੇ ਖੜੀ ਕਰਕੇ ਨਾ ਤੇ ਅੱਗੇ ਰਿਕਸ਼ਾ ਰਿਕਸ਼ਾ ਲੈ ਕੇ ਤੇ ਆ ਜਾਵਾਂ ਤੇ ਲੋ ਜੀ ਅਸੀਂ ਪਹੁੰਚ ਆਏ ਹਾਂ ਕਸੂਰ ਤੇ ਲੇਕਿਨ ਇੱਥੇ ਕਿੱਥੇ ਵੀ ਪਾਰਕਿੰਗ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ ਪੁੱਛਿਆ ਇੱਕ ਟ੍ਰੈਫਿਕ ਪੁਲਿਸ ਵਾਲੇ ਕੋਲ ਕਹਿੰਦਾ ਹੈ ਕਿ ਯਾਰ ਇੱਥੇ ਪਾਰਕਿੰਗ ਨਹੀਂ ਹੋ ਸਕਦੀ ਤੇ ਹੁਣ ਅਸੀਂ ਗੱਡੀ ਪਾਰ ਕਰਨ ਵਾਸਤੇ ਕੋਈ ਜਗ੍ਹਾ ਲੱਭ ਰਹੇ ਹਾਂ ਤੇ ਦੁਆ ਕਰੋ ਲੱਭ ਹੀ ਜਾਏ ਤੇ ਬਾਕੀ ਦਰਬਾਰ 'ਚ ਤੁਹਾਨੂੰ ਬਾਅਦ ਜਾ ਕੇ ਉੱਥੇ ਜ਼ਿਆਰਤ ਕਰਾਉਂਦੇ ਹਾਂ ਕਸੂਰ ਅਸੀਂ ਪਹੁੰਚ ਆਏ ਹਾਂ ਖੈਰ ਜੀ ਕਹਿੰਦੇ ਨੇ ਨਾ ਕਿ ਜੇ ਬੰਦਾ ਲੱਭਣ ਤੁਰ ਪਵੇ ਤਾਂ ਕੀ ਨਹੀਂ ਲੱਭਦਾ ਲੱਭਿਆ ਤਾਂ ਰੱਬ ਹੀ ਲੱਭ ਪੈਂਦਾ ਬਿਲਕੁਲ ਐਵੇਂ ਹੀ ਸਾਨੂੰ ਵੀ ਬਿਲ ਆਖਿਰ ਜਿਹੜਾ ਨਾ ਗੱਡੀ ਪਾਰਕ ਕਰਨ ਲਈ ਜਗ੍ਹਾ ਲੱਭ ਗਈ ਅਤੇ ਅਸੀਂ ਉਹ ਗੱਡੀ ਜਾ ਕੇ ਉੱਥੇ ਪਾਰਕ ਕੀਤੀ ਲੇਕਿਨ ਉਹ ਬਹੁਤ ਦੂਰ ਕਰਨੀ ਪੈ ਗਈ ਇਸ ਲਈ ਸਾਨੂੰ ਫਿਰ ਉੱਥੇ ਪੈਦਲ ਨਹੀਂ ਆਇਆ ਜਾ ਸਕਦਾ ਸੀ ਸਾਨੂੰ ਕਿਸੇ ਟਰਾਂਸਪੋਰਟ ਦੀ ਜ਼ਰੂਰਤ ਸੀ ਕਿਸੇ ਕਨਵੈਂਸ ਦੀ ਜ਼ਰੂਰਤ ਸੀ ਅਤੇ ਅਸੀਂ ਇੱਧਰ ਉੱਧਰ ਵੇਖਿਆ ਅਤੇ ਸਾਨੂੰ ਜਨਾਬ ਇੱਕ ਚਿੰਚੀ ਰਿਕਸ਼ਾ ਮਿਲਿਆ ਉਸ ਚਿੰਚੀ ਰਿਕਸ਼ੇ ਦੀ ਜਿਹੜੀ ਆ ਅਸੀਂ ਰਾਈਡ ਲਈ ਅਤੇ ਫਿਰ ਉਹਦੇ ਉੱਤੇ ਚੜ੍ਹ ਕੇ ਅਤੇ ਅਸੀਂ ਜਿਹੜਾ ਹੈ ਅੱਗੇ ਦਾ ਸਫ਼ਰ ਜਾਰੀ ਰੱਖਿਆ ਜੀ ਗੱਡੀ ਅਸੀਂ ਪਾਰ ਕਰ ਲਈ ਹੈ ਜਗ੍ਹਾ ਲੱਭ ਗਈ ਸਾਨੂੰ ਗੱਡੀ ਪਾਰ ਕਰਨ ਵਾਸਤੇ ਹੁਣ ਇਸ ਟਾਈਮ ਅਸੀਂ ਰਿਸ਼ਕੇਸ਼ ਬਹਿ ਚੁੱਕੇ ਹਾਂ ਦਰਬਾਰ ਜਾ ਰਹੇ ਹਾਂ ਅਸੀਂ ਕਿਉਂਕਿ ਦਰਬਾਰ ਥੋੜ੍ਹਾ ਦੂਰ ਆ ਅਤੇ ਗੱਡੀ ਕਾਫ਼ੀ ਦੂਰ ਆਗ ਲਾ ਕੇ ਨਹੀਂ ਸਕਦੀ ਅਤੇ ਹੁਣ ਅਸੀਂ ਜਾ ਰਹੇ ਹਾਂ ਦਰਬਾਰ ਅਮਰਿੰਦਰ ਸਾਹਿਬ ਚਿੰਚੀ ਬਾਰੇ ਕੀ ਖਿਆਲ ਹੈ ਤੁਹਾਡਾ ਚਿੰਚੀ ਦਾ ਸਫ਼ਰ ਇੱਕ ਆਪਣੀ ਨੋਈਅਤ ਹੈ ਜੀ ਬਹੁਤ ਅੱਛਾ ਇੱਕ ਸਫ਼ਰ ਹੈ ਔਰ ਕਾਰ ਤੋਂ ਨਿਕਲ ਕੇ ਤੁਸੀਂ ਚਿੰਚੀ 'ਤੇ ਆਓ ਤਾਂ ਵਾਕਈ ਤੁਸੀਂ ਚਿੰਚੀ 'ਤੇ ਆ ਜਾਂਦੇ ਹੋ ਚੱਸਾਂ ਆ ਜਾਂਦੀਆਂ ਨੇ ਅਸੀਂ ਇਸ ਟਾਈਮ ਜੀ ਬਿਲਕੁਲ ਪੂਰੀਆਂ ਚੱਸਾਂ ਮਾਰ ਰਹੇ ਹਾਂ ਮੀਆਂ ਸਾਹਿਬ ਮੀਆਂ ਸਾਹਿਬ ਵੀ ਮੌਜੂਦ ਨੇ ਮੀਆਂ ਸਾਹਿਬ ਤੋਂ ਪੁੱਛਣੇ ਆ ਭਲਾ ਜੰਪ ਕਿੱਦਾਂ ਦੇ ਲੱਗ ਰਹੇ ਨੇ ਮਤਲਬ ਚੱਸ ਆ ਰਹੇ ਬਹੁਤੇ ਸਖਤ ਨਹੀਂ ਲੱਗ ਰਹੇ ਮਾੜੇ ਮੋਟੇ ਲੱਗ ਰਹੇ ਮੋਟੇ ਅਸੀਂ ਉੱਤੇ ਚੱਲ ਚੱਲ ਜਾਂਦੇ ਹਾਂ ਚਲੋ ਤੁਸੀਂ ਇਹ ਕਹਿ ਸਕਦੇ ਹੋ ਵੀ ਰੁੱਲ ਤੇ ਗਏ ਆ ਪਰ ਜੀ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਦਰਬਾਰ ਸ਼ਰੀਫ ਦੇ ਬਿਲਕੁਲ ਕਰੀਬ ਤੁਹਾਨੂੰ ਜਿਹੜਾ ਬਾਜ਼ਾਰ ਨਜ਼ਰ ਆ ਰਹੀ ਹੈ ਇਹ ਬਿਲਕੁਲ ਦਰਬਾਰ ਸ਼ਰੀਫ ਦੇ ਕਰੀਬ ਹੀ ਹੈ ਔਰ ਇੱਥੇ ਕਹਿਵਾਂ ਕਿ ਵੀ ਮੇਲੇ ਦੀ ਸਾਡੇ ਤੋਂ ਆਉਣਾ ਨਜ਼ਰ ਆਉਣਾ ਸ਼ੁਰੂ ਹੋ ਗਈ ਹੈ ਇਹ ਸਾਡੇ ਚਾਰ ਚੁਫੇਰੇ ਜਿਹੜੇ ਅੰਦਰ ਸੇ ਦੀਆਂ ਦੁਕਾਨਾਂ ਹਨ ਇਹ ਬਿਲਕੁਲ ਦਰਬਾਰ ਸ਼ਰੀਫ ਦੇ ਨਾਲ ਹੀ ਹਨ ਸੋ ਅਸੀਂ ਪਹੁੰਚ ਚੁੱਕੇ ਹਾਂ ਦਰਬਾਰ ਸ਼ਰੀਫ ਦੇ ਕਰੀਬ ਆਓ ਤੁਹਾਨੂੰ ਅੱਗੇ ਲੈ ਕੇ ਜਾਂਦੇ ਮੈਂ ਅਗਲੇ ਦਿਨ ਸਾਡੇ ਨਾਲ ਕਾਲਜ ਨਹੀਂ ਕਰ ਸਕਦਾ ਕਿ ਮੇਰੇ ਜ਼ਮੀਨ
ਛਿੱਕੜ ਅੱਗੇ ਜੁੱਕੜ ਵੱਜੇ, ਤੱਤਾ ਦੀਵੇ ਚੁੱਲ੍ਹਾ, ਅਣ ਫਕੀਰ ਖਾਕਾ ਜਾਵਣ ਰਾਜੀ ਦੀਵੇ। ਹਾਂਜੀ, ਅਤੇ ਅਸੀਂ ਇਸ ਵੇਲੇ ਜਨਾਬ ਜਾ ਰਹੇ ਹਾਂ ਬਾਰਡਰ ਵਾਲੇ ਪਾਸੇ, ਅਤੇ ਬਾਰਡਰ ਦਾ ਨਾਂ ਜਿਹੜਾ ਹੈ ਗੰਡਾ ਸਿੰਘ, ਹੈਡ ਗੰਡਾ ਸਿੰਘ ਵਾਲਾ, ਗੰਡਾ ਸਿੰਘ ਵਾਲੇ ਪਾਸੇ ਜਾ ਰਹੇ ਹਾਂ। ਅਤੇ ਇਹਦੇ ਬਾਰੇ ਜਿਹੜੀ ਥੋੜ੍ਹੀ ਤਫਸੀਲ ਹੈ ਉਹ ਮੀਆਂ ਸਾਹਿਬ ਨੂੰ ਪਤਾ ਹੈ, ਅਤੇ ਮੀਆਂ ਆਸਫ ਸਾਹਿਬ ਜਿਹੜਾ ਹੈ ਜ਼ਰਾ ਰੋਸ਼ਨੀ ਪਾਓ ਇਹਦੇ ਉੱਤੇ ਭਲਾ। ਨਹੀਂ, ਇੱਥੇ ਬਹੁਤੀ ਰੋਸ਼ਨੀ ਪਾਉਣ ਦੀ ਲੋੜ ਨਹੀਂ ਹੈਗੀ। ਅਸੀਂ ਜਾ ਰਹੇ ਹਾਂ ਹੈਡ ਗੰਡਾ ਸਿੰਘ ਵਾਲਾ, ਬੜਾ ਮਸ਼ਹੂਰ ਬਾਰਡਰ ਹੈ ਕਸੂਰ ਦੇ ਉੱਤੇ, ਸਭ ਤੋਂ ਬਹੁਤਾ ਤਾਂ ਵਾਘਾ ਹੀ ਗਿਣਿਆ ਜਾਂਦਾ। ਵਾਘੇ ਤੋਂ ਬਾਅਦ ਜਿਹਦਾ ਨੰਬਰ ਆਉਂਦਾ ਉਹ ਗੰਡਾ ਸਿੰਘ। ਲਓ ਜੀ, ਇਸ ਟਾਈਮ ਅਸੀਂ ਸਾਈਨ ਆਫ ਕਰ ਰਹੇ ਹਾਂ ਪਾਕਿਸਤਾਨ ਇੰਡੀਆ ਗੰਡਾ ਸਿੰਘ ਬਾਰਡਰ ਤੋਂ। ਅਤੇ ਇਹ ਮੇਰੇ ਪਿੱਛੇ ਬਾਰਡਰ ਹੈ, ਹੁਣ ਤਕਰੀਬਨ ਇਹ ਜਿਹੜੀ ਤਕਰੀਬ ਸੀ ਉਹ ਖਤਮ ਹੋ ਗਈ ਹੈ, ਅਤੇ ਅਸੀਂ ਹੁਣ ਚੱਲੇ ਹਾਂ ਵਾਪਸ ਆਪਣੇ ਲਾਹੌਰ ਵਾਲੇ ਪਾਸੇ।